ਤੇ ਕੀਤੀ ਜਿਉਂਦਿਆਂ ਖਿਦਮਤ ਨਾ ਮਾਪਿਆਂ ਦੀ, ਮੋਇਆਂ ਢੋਂਗ ਰਚਾਵਣ ਦਾ ਕੀ ਫਾਇਦਾ। ਪਹਿਲੇ ਕੋਲ ਬਹਿ ਕੇ ਦੁਖੜਾ ਫੋਲਿਆ ਨਹੀਂ, ਉਹ ਪਿੱਛੋਂ ਰੋਣ ਕੁਰਲਾਵਣ ਦਾ ਕੀ ਫਾਇਦਾ। ਸਾਹ ਹੁੰਦਿਆਂ ਭੁੱਖ ਨਾ ਪਿਆਸ ਪੁੱਛੀ, ਵਾਧੂ ਦੇਗਾਂ ਚੜਾਵਣ ਦਾ ਕੀ ਫਾਇਦਾ। ਸਫਦਰ ਜਿੰਦੇ ਮਾਪੇ ਨਾ ਗਏ ਰਾਜ਼ੀ, ਉਹਨੂੰ ਮੱਕੇ ਵੱਲ ਜਾਵਣ ਦਾ ਕੀ ਫਾਇਦਾ।